ਮਹਿੰਗਾਈ ਦੀ ਮਾਰ ਤੋਂ ਸਾਰੇ ਲੋਕ ਕੁਰਲਾ ਰਹੇ ਨੇ ਪਰ ਜਦੋਂ ਸਭ ਤੋਂ ਵੱਡੀ ਗੱਲ ਕਿ ਮਹਿੰਗਾਈ ਦਾ ਅਸਰ ਹੈ ਜਿਹੜਾ ਉਹ ਪੈਟਰੋਲ ਡੀਜ਼ਲ ਤੇ ਖਾਸ ਕਰਕੇ ਜਦੋਂ ਉਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਘਾਟਾ ਹੁੰਦਾ ਉਸ ਦਾ ਅਸਰ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਤੇ ਕੱਚੇ ਤੇਲ ਦੀਆਂ ਕੀਮਤਾਂ ਇਹ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਪਿਛਲੇ 10 ਸਾਲਾਂ ਦੇ ਵਿੱਚ ਘਟੀਆਂ ਨਹੀਂ ਤੇ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਿਵੇਂ ਵਧਾ ਦਿੱਤੀਆਂ ਗਈਆਂ ਸਰਕਾਰ ਦੀ ਨੀਤੀ ਕਿਹੜੀ ਤੇ ਚੱਲ ਰਹੀ ਹੈ ਹਾਲਾਂਕਿ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਉਸ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਘਟੀਆਂ ਦਿਖਾਈ ਦਿੱਤੀਆਂ ਨੇ ਕੀ ਉਹ ਲੋਕਾਂ ਨਾਲ ਮਜ਼ਾਕ ਕੀਤਾ ਗਿਆ ਜਾਂ ਫਿਰ ਇੰਨੀ ਕੁ ਕੀਮਤ ਘਟਾਉਣ ਦੇ ਨਾਲ ਵੀ ਵੱਡਾ ਅਸਰ ਹੈ ਜਿਹੜਾ ਉਹ ਪੈ ਸਕਦਾ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਔਰ ਦੱਸਾਂਗੇ ਪੰਜਾਬ ਦੀਆਂ ਕੁਝ ਥਾਵਾਂ ਦੇ ਉੱਤੇ ਕਿ ਅੱਜ ਔਰ ਚੰਡੀਗੜ੍ਹ ਸਮੇਤ ਸਣੇ ਕਿ ਕਿੰਨੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟੀਆਂ ਤੇ ਅੱਜ ਦਾ ਜਿਹੜਾ ਰੇਟ ਹੈ ਪੈਟਰੋਲ ਡੀਜ਼ਲ ਦਾ ਉਹ ਕੀ ਹੈ ਹਾਲਾਂਕਿ ਜਦੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਾਈ ਜਾਂਦੀ ਹੈ ਤਾਂ ਉਦੋਂ ਉਸ ਦਾ ਉਛਾਲ ਇੰਨਾ ਜ਼ਿਆਦਾ ਹੁੰਦਾ ਹੈ ਕਈ ਵਾਰੀ ਤਾਂ ਸਿੱਧਾ ਹੀ 30 ਪੈਸੇ ਤੋਂ ਲੈ ਕੇ 1 ਤੋਂ 1.5 ਰੁਪਏ ਤੱਕ ਆ ਵਾਧਾ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਵਾਰੀ ਆਉਂਦੀ ਹੈ ਘਟਾਉਣ ਦੀ ਤਾਂ ਉਦੋਂ ਬਹੁਤ ਸੀਮਤ ਰਕਮ ਹੈ ਜਿਹੜੀ ਘਟਾਈ ਜਾਂਦੀ ਹੈ ਤੇ ਇਸੇ ਤਰ੍ਹਾਂ ਦੀ ਤਾਜ਼ਾ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਿ ਜਿਹੜੀ ਮਾਰਕੀਟ ਦਾ ਰੇਟ ਹੈ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਇਸ ਵਾਰ ਘਟਾਈਆਂ ਗਈਆਂ ਉਸ ਦੇ ਵਿੱਚ ਪੈਟਰੋਲ ਆ ਜਿਹੜਾ 11 ਪੈਸੇ ਤੇ ਡੀਜ਼ਲ ਆ ਜਿਹੜਾ ਸਿਰਫ 10 ਪੈਸੇ ਸਸਤਾ ਹੋਇਆ 11 ਪੈਸੇ ਪੈਟਰੋਲ ਦਾ ਸਸਤਾ ਹੋਣਾ ਔਰ ਡੀਜ਼ਲ ਦਾ 10 ਪੈਸੇ ਸਸਤਾ ਹੋਣਾ ਕੀ ਇਸ ਦੇ ਨਾਲ ਰਾਹਤ ਲੋਕਾਂ ਨੂੰ ਮਿਲੇਗੀ ਜਾਂ ਫਿਰ ਲੋਕਾਂ ਦੇ ਨਾਲ ਸਿਰਫ ਤੇ ਸਿਰਫ ਘਟਾਉਣ ਦੇ ਨਾਮ ਦੇ ਉੱਤੇ ਮਜ਼ਾਕ ਕੀਤਾ ਗਿਆ ਹੁਣ ਪੈਟਰੋਲ ਦਾ ਰੇਟ ਹੈ ਜਿਹੜਾ ਅੱਜ ਦੀ ਘੜੀ ਦੇ ਵਿੱਚ ਉਹ 97.50 ਰੁਪਏ ਹੈ ਯਾਨੀ ਕਿ 97.5 ਰੁਪਏ ਪ੍ਰਤੀ ਲੀਟਰ ਹੈ ਜਿਹੜਾ ਪੈਟਰੋਲ ਦਾ ਰੇਟ ਹੈ ਤੇ ਡੀਜ਼ਲ ਦਾ ਇਸੇ ਤਰ੍ਹਾਂ ਰੇਟ ਹੈ ਜਿਹੜਾ ਉਹ 87.85 ਹੈ ਪ੍ਰਤੀ ਲੀਟਰ ਤਾਂ ਪੌਣੇ 88 ਰੁਪਏ ਦਾ ਲੀਟਰ ਜਿਹੜਾ ਪੈਂਦਾ ਇਸ ਵਕਤ ਡੀਜ਼ਲ ਪੈ ਰਿਹਾ ਹੈ ਤੇ 99.5 ਰੁਪਏ ਪ੍ਰਤੀ ਲੀਟਰ ਪੈਟਰੋਲ ਦਾ ਰੇਟ ਆ ਜਿਹੜਾ ਉਹ ਪੈ ਰਿਹਾ ਹੈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਨਾ માત્ર ਕਟੌਤੀ ਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਮਿਲੇਗੀ ਇਹ ਲੋਕ ਖੁਦ ਦੱਸ ਸਕਦੇ ਨੇ ਔਰ ਜਦੋਂ ਕੀਮਤ ਘਟਦੀ ਹੈ ਉਦੋਂ ਪੈਸਿਆਂ ਦੇ ਵਿੱਚ ਘਟਦੀ ਹੈ ਜਦੋਂ ਵਧਾਈ ਜਾਂਦੀ ਹੈ ਤੇ ਉਦੋਂ ਨਹੀਂ ਦੇਖਿਆ ਜਾਂਦਾ ਉਦੋਂ ਵਿਸ਼ਾਲ ਕਿੰਨਾ ਜ਼ਿਆਦਾ ਆਉਂਦਾ ਹੈ ਔਰ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਦਾ ਜਿਹੜਾ ਰੇਟ ਹੈ ਉਹ 96 96.2 ਰੁਪਏ ਪ੍ਰਤੀ ਲੀਟਰ ਹੈ ਯਾਨੀ ਕਿ ਪੰਜਾਬ ਦੇ ਮੁਕਾਬਲੇ ਜਿਹੜਾ ਤਕਰੀਬਨ ਤਕਰੀਬਨ ਜੇ ਕਿਹਾ ਜਾਵੇ ਤਾਂ ਤਕਰੀਬਨ 48 ਪੈਸੇ ਦਾ ਜਿਹੜਾ ਘਟ ਹੈ ਔਰ ਜੇ ਇਸੇ ਤਰ੍ਹਾਂ ਡੀਜ਼ਲ ਦਾ ਜਿਹੜਾ ਰੇਟ ਹੈ ਚੰਡੀਗੜ੍ਹ ਦੇ ਵਿੱਚ ਉਹ 84.2 ਰੁਪਏ ਪ੍ਰਤੀ ਲੀਟਰ ਹੈ ਇੱਥੇ ਵੀ ਦੱਸਦੀ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਲੰਬੇ ਸਮੇਂ ਤੋਂ ਬਾਅਦ ਬਦਲਾਅ ਕੀਤਾ ਗਿਆ ਹੈ ਕੱਚੇ ਤੇਲ ਦੀਆਂ ਕੀਮਤਾਂ 'ਚ ਹਾਲਾਂਕਿ ਵਾਧਾ ਦੇਖਣ ਨੂੰ ਪਿਛਲੇ ਦਿਨਾਂ 'ਚ ਮਿਲਿਆ ਪਰ ਹੁਣ ਵਾਧੇ ਤੋਂ ਬਾਅਦ ਕਈ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਉਸ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਉੱਥੇ ਹੀ ਕਈ ਸ਼ਹਿਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਵੀ ਦਿਖਾਇਆ ਗਿਆ ਹੈ ਸਰਕਾਰੀ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰਦੀਆਂ ਨੇ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਲਗਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਹਾਲਾਂਕਿ ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤੇ ਉਦੋਂ ਕਾਫੀ ਰੇਟ ਆ ਜਿਹੜੇ ਘਟਾਏ ਵੀ ਗਏ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸੀ ਤਾਂ ਉਦੋਂ ਚੰਨੀ ਸਰਕਾਰ ਦੇ ਵੇਲੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੁਪਈਆਂ ਦੇ ਵਿੱਚ ਘਟਾਈਆਂ ਗਈਆਂ ਸੀ 5 ਤੋਂ 10 ਰੁਪਏ ਪ੍ਰਤੀ ਲੀਟਰ ਤੱਕ ਜਿਹੜਾ ਉਹ ਕਟੌਤੀ ਕਰ ਦਿੱਤੀ ਗਈ ਸੀ ਫਿਰ ਸਿਰਫ ਤੇ ਫੇ ਚੋਣਾ ਵੇਲੇ ਤਾਂ ਦੇਖਣ ਨੂੰ ਮਿਲਦਾ ਹੈ ਪਰ ਅੱਗੇ ਪਿੱਛੇ ਜਿਹੜਾ ਡੀਜ਼ਲ ਤੇ ਪੈਟਰੋਲ ਦਾ ਰੇਟ ਲਗਾਤਾਰ ਵਧਦਾ ਰਹਿੰਦਾ ਹੈ ਤਾਂ ਹੁਣ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ 97.68 ਡੀਜ਼ਲ ਦਾ ਰੇਟ ਹੈ ਜਿਹੜਾ ਉੱਥੇ 88.3 ਪੈਸੇ ਹੈ ਪਟਿਆਲੇ ਦੇ ਵਿੱਚ ਪੈਟਰੋਲ ਦਾ ਰੇਟ ਅੱਜ ਦਾ ਜਿਹੜਾ ਉਹ ਦਰਜ ਕੀਤਾ ਗਿਆ 97.38 ਪ੍ਰਤੀ ਲੀਟਰ ਤੇ ਡੀਜ਼ਲ ਦਾ ਹੀ ਰੇਟ ਹੈ ਜਿਹੜਾ 87.72 ਰੁਪਏ ਪ੍ਰਤੀ ਲੀਟਰ ਹੈ ਲੁਧਿਆਣੇ ਦੇ ਵਿੱਚ ਪੈਟਰੋਲ ਦਾ ਜਿਹੜਾ ਰੇਟ ਹੈ ਉਹ 97 ਰੁਪਏ ਤੋਂ ਵੀ ਵੱਧ ਹੈ 97.58 ਪ੍ਰਤੀ ਲੀਟਰ ਹੈ ਤੇ ਡੀਜ਼ਲ ਦਾ ਰੇਟ 87.92 ਰੁਪਏ ਪ੍ਰਤੀ ਲੀਟਰ ਹੈ ਬਠਿੰਡੇ ਦੇ ਵਿੱਚ ਪੈਟਰੋਲ ਦਾ ਰੇਟ ਹੈ ਜਿਹੜਾ 97.09 ਰੁਪਏ ਹੈ ਪ੍ਰਤੀ ਲੀਟਰ ਹੈ ਤੇ ਡੀਜ਼ਲ ਦਾ ਹੀ ਰੇਟ ਹੈ ਜਿਹੜਾ 87.45 ਰੁਪਏ ਪ੍ਰਤੀ ਲੀਟਰ ਹੈ ਅਗਰਦਾਸਪੁਰ ਚ ਪੈਟਰੋਲ ਦਾ ਰੇਟ 97.68 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦਾ ਰੇਟ 88.02 ਰੁਪਏ ਪ੍ਰਤੀ ਲੀਟਰ ਹੈ ਜਲੰਧਰ ਚ ਪੈਟਰੋਲ ਦਾ ਰੇਟ 97.13 ਰਪਾਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਹੀ ਰੇਟ ਆ ਜਿਹੜਾ 87.49 ਪ੍ਰਤੀ ਲੀਟਰ ਹੈ ਇਹ ਵੱਖ-ਵੱਖ ਥਾਵਾਂ ਤੇ ਟੈਕਸ ਦੇ ਹਿਸਾਬ ਨਾਲ ਔਰ ਪੈਟਰੋਲ ਪੰਪ ਦੇ ਹਿਸਾਬ ਦੇ ਨਾਲ ਜਿੰਨਾ ਵਿੱਚੋਂ ਕਟੌਤੀ ਕੀਤੀ ਜਾਂਦੀ ਹੈ ਜਿੰਨਾ ਵਿੱਚੋਂ ਕਮਿਸ਼ਨ ਹੁੰਦਾ ਹੈ ਤਾਂ ਇਹ ਸਾਰੀਆਂ ਕੁੱਲ ਮਿਲਾ ਕੇ ਜਿਹੜਾ ਜੋੜ ਘਟਾਓ ਕਰਕੇ ਰੇਟਾਂ ਦਾ ਕੁਝ ਸ਼ਹਿਰਾਂ ਦਾ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਕਿ ਪੈਟਰੋਲ ਦਾ ਪ੍ਰਤੀ ਰੇਟ ਜਿਹੜਾ ਪ੍ਰਤੀ ਲੀਟਰ ਹੈ 11 ਪੈਸੇ ਘਟਣਾ ਤੇ ਡੀਜ਼ਲ ਦਾ 10 ਪੈਸੇ ਘਟਣਾ ਕਿ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਥੋੜੀ ਬਹੁਤੀ ਜਾਂ ਫਿਰ ਇਹ ਸਿਰਫ ਤੇ ਸਿਰਫ ਘਟਾਉਣ ਦੇ ਨਾਮ ਦੇ ਉੱਤੇ ਲੋਕਾਂ ਨਾਲ ਮਜ਼ਾਕ ਕੀ ਕੀਤਾ ਗਿਆ ਤਾਂ ਇਸ ਦੇ ਬਾਰੇ ਕੇਂਦਰ ਪਿਛਲੇ ਇੱਕ ਦਹਾਕੇ ਤੋਂ ਕਾਫੀ ਚਰਚਾ ਚੱਲਦੀ ਹੈ ਖਾਸ ਕਰਕੇ ਕੇਂਦਰ ਦੇ ਵਿੱਚ ਜਦੋਂ ਦੀ ਭਾਜਪਾ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਸਵਾਲ ਕਈ ਉੱਠੇ ਨੇ ਕਿਉਂਕਿ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾਂਦੇ ਸਨ ਇੱਥੋਂ ਤੱਕ ਕਿ ਜਿਹੜੀ ਰਸੋਈ ਗੈਸ ਹੈ ਉਸ ਦੇ ਰੇਟ ਵੀ ਕਾਫੀ ਹੱਦ ਤੱਕ ਵਧਾ ਦਿੱਤੇ ਗਏ ਨੇ ਬੀਬੀਆਂ ਵੇਸ ਨੂੰ ਲੈ ਕੇ ਪ੍ਰਦਰਸ਼ਨ ਕਰਦੀਆਂ ਰਹੀਆਂ ਨੇ ਇਸ ਵਕਤ ਕੇਂਦਰੀ ਮੰਤਰੀ ਮੰਡਲ ਦਾ ਜੋ ਹਿੱਸਾ ਨੇ ਮੰਤਰੀ ਉਹ ਵੀ ਪ੍ਰਦਰਸ਼ਨ ਕਰਦੇ ਆ ਰਹੀਆਂ ਨੇ ਬੀਬੀਆਂ ਜਦੋਂ ਸੱਤਾ ਦੇ ਵਿੱਚ ਕਾਂਗਰਸ ਹੁੰਦੀ ਸੀ ਯੂਪੀਏ ਦੀ ਸਰਕਾਰ ਸੀ ਤਾਂ ਉਸ ਤੋਂ ਬਾਅਦ ਜਦੋਂ ਭਾਜਪਾ ਸੱਤਾ ਦੇ ਵਿੱਚ ਆਈ ਐਨਡੀਆ ਗੱਠਜੋੜ ਦੀ ਵੀ ਸਰਕਾਰ ਬਣੀ ਤੇ ਹੁਣ ਭਾਜਪਾ ਕੋਲ ਵੱਡਾ ਬਹੁਮਤ ਹੈ ਤੇ ਹੁਣ ਲਗਾਤਾਰ ਮਹਿੰਗਾਈ ਹੁਣ ਵੀ ਵੱਧਦੀ ਜਾ ਰਹੀ ਹੈ ਤੇ ਹੁਣ ਉਹੀ ਕਾਂਗਰਸ ਦੇ ਲੀਡਰ ਜਿਹੜੇ ਉਦੋਂ ਸੱਤਾ ਵਿੱਚ ਸੀ ਹੁਣ ਵਾਲੀ ਸੱਤਾ ਤੇਨੂੰ ਸਵਾਲ ਕਰਦੇ ਨਜ਼ਰ ਆਉਂਦੇ ਨੇ ਪ੍ਰਦਰਸ਼ਨ ਵੀ ਥਾਂ-ਥਾਂ ਮਹਿੰਗਾਈ ਦੇ ਕੀਤੇ ਜਾਂਦੇ ਨੇ ਮਹਿੰਗਾਈ ਦੇ ਖਿਲਾਫ ਕਿ ਇਹ ਜਿਹੜੇ ਰੇਟ ਨੇ ਲਗਾਤਾਰ ਵਧਦੇ ਇਹਨਾਂ ਨੂੰ ਘਟਾਇਆ ਜਾਵੇ ਔਰ ਲੋਕਾਂ ਨੂੰ ਰਾਹ ਦਿੱਤੀ ਜਾਵੇ ਔਰ ਪੈਟਰੋਲ ਤੇ ਡੀਜ਼ਲ ਦੀ ਜਿਹੜੀ ਇਹ ਕੀਮਤ ਢਾਈ ਗਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਆਪਣੀ رائے ਵੀ ਕਮੈਂਟ ਬਾਕ ਤੇ ਜਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਖਬਰ ਵਿੱਚ ਇਨਾ ਹੀ ਮੈਨੂੰ ਦੁਆਗਿਆ ਧੰਨਵਾਦ